ਬੇਸ਼ੱਕ ਮਾਸੂਮ 2 ਸਾਲ ਦੇ ਫਤਿਹਵੀਰ ਨੂੰ ਸਾਡੇ ਵਿੱਚੋਂ ਗਏ ਨੂੰ 1 ਹਫ਼ਤੇ ਤੋਂ ਜ਼ਿਆਦਾ ਦਾ ਸਮੇਂ ਬੀਤ ਚੁੱਕਿਆ ਹੈ, ਪਰ ਹਾਲੇ ਤੱਕ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਫਤਿਹਵੀਰ ਹਿੱਤ ਪ੍ਰਤੀ ਉਸੇ ਤਰ੍ਹਾਂ ਹੀ ਪਿਆਰ ਅਤੇ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਦੇ ਪ੍ਰਤੀ ਉਸੇ ਤਰ੍ਹਾਂ ਦੀ ਹੀ ਨਿਰਾਸ਼ਾ ਦੇਖੀ ਜਾ ਰਹੀ ਹੈ। ਇਸੇ ਤਹਿਤ DSP ਦਫ਼ਤਰ ਦੇ ਬਾਹਰ ਭੁੱਖ ਹੜਤਾਲ ਤਾਂ ਲਗਾਤਾਰ ਜਾਰੀ ਹੈ, ਪਰ ਇਸ ਦੇ ਨਾਲ ਹੀ ਕਾਂਗਰਸ ਦੇ ਕੈਬਨਿਟ ਮੰਤਰੀ ਅਤੇ ਉੱਘੇ ਨੇਤਾ ਵਿਜੇਂਦਰ ਸਿੰਗਲਾ ਦੀ ਕੋਠੀ ਦਾ ਵੀ ਘਿਰਾਅ ਕੀਤਾ ਗਿਆ ਅਤੇ ਉਹਨਾਂ ਦੀ ਕੋਠੀ ਦੇ ਬਾਹਰ ਧਰਨਾ ਵੀ ਦਿੱਤਾ ਗਿਆ। ਇਸ ਧਰਨੇ ਦੀ ਅਗਵਾਈ ਕਰ ਰਹੇ ਰਣਦੀਪ ਦਿਓਲ ਨੇ ਦੱਸਿਆ ਕਿ ਉਹਨਾਂ ਨੇ ਧਰਨਾ ਲਗਾਉਣ ਤੋਂ ਪਹਿਲਾਂ ਫਤਿਹਵੀਰ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ, ਜਿੱਥੇ ਫਤਿਹਵੀਰ ਦੇ ਪਰਿਵਾਰ ਨੇ ਕਿਹਾ ਕਿ ਉਹਨਾਂ ਨੂੰ ਫਤਿਹਵੀਰ ਦੇ ਰੈਸਕਿਊ ਆਪਰੇਸ਼ਨ ਦੇ ਦੌਰਾਨ ਪ੍ਰਸ਼ਾਸਨ ਵੱਲੋਂ ਸਿਰਫ ਨਿਰਾਸ਼ਾ ਹੀ ਹੱਥ ਲੱਗੀ, ਜਦਕਿ ਲੋਕਾਂ ਦਾ ਭਰਪੂਰ ਸਾਥ ਮਿਲਿਆ ਅਤੇ ਉਹ ਲੋਕਾਂ ਦਾ ਜੋ ਵੀ ਫੈਸਲਾ ਹੋਵੇਗਾ ਉਸ ਦੇ ਨਾਲ ਸਹਿਮਤ ਹੋਣਗੇ। ਇਸ ਦੇ ਨਾਲ ਹੀ ਰਣਦੀਪ ਦਿਓਲ ਨੇ ਦੱਸਿਆ ਕਿ ਉਹਨਾਂ ਦਾ ਵਿਜੇਂਦਰ ਸਿੰਗਲਾ ਦੀ ਕੋਠੀ ਦੇ ਅੱਗੇ ਧਰਨਾ ਲਗਾਉਣ ਦਾ ਮਕਸਦ ਇਹ ਹੈ ਕਿ ਉਹ ਵਿਜੇਂਦਰ ਸਿੰਗਲਾ ਨੂੰ ਮਿਲ ਕੇ ਫਤਿਹਵੀਰ ਦੀ ਹੋਈ ਇਸ ਤਰ੍ਹਾਂ ਬੇਵਕਤੀ ਮੌਤ ਦੀ ਜੁਡੀਸ਼ੀਅਲ ਇਨਕੁਆਇਰੀ ਕਰਵਾਉਣ ਦੇ ਲਈ ਮੰਗ ਪੱਤਰ ਦੇਣਾ ਚਾਹੁੰਦੇ ਹਨ, ਪਰ ਵਿਜੇਂਦਰ ਸਿੰਗਲਾ ਨਹੀਂ ਮਿਲ ਸਕੇ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ DSP ਮਨਜੀਤ ਸਿੰਘ ਅਤੇ DSP ਸਤਪਾਲ ਸ਼ਰਮਾ ਨੇ ਧਰਨਾਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਵਿਜੇਂਦਰ ਸਿੰਗਲਾ ਬਾਹਰ ਹੋਣ ਦੇ ਕਰਕੇ ਉਹ ਧਰਨਾਕਾਰੀਆਂ ਨੂੰ ਇਹ ਆਸ਼ਵਾਸਨ ਦਿੰਦੇ ਹਨ ਕਿ ਇਸ ਮੰਗਲਵਾਰ ਤੱਕ ਉਹ ਧਰਨਾਕਾਰੀਆਂ ਦੀ ਕਮੇਟੀ ਦੇ ਨਾਲ ਵਿਜੇਂਦਰ ਸਿੰਗਲਾ ਜੀ ਦੀ ਮੁਲਾਕਾਤ ਕਰਵਾ ਦੇਣਗੇ, ਜਿਸ ਤੋਂ ਬਾਅਦ ਧਰਨਾਕਾਰੀਆਂ ਨੇ ਮੰਗਲਵਾਰ ਤੱਕ ਦਾ ਟਾਈਮ ਦੇ ਕੇ ਇਹ ਧਰਨਾ ਚੁੱਕ ਲਿਆ ਅਤੇ ਬੁੱਧਵਾਰ ਨੂੰ ਹੁਣ ਅੱਗੇ ਕੀ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਬਾਕੀ ਦੋਸਤੋ, ਤੁਸੀਂ ਇਸ ਸਾਰੇ ਮਸਲੇ ਬਾਰੇ ਕੀ ਕਹਿਣਾ ਚਾਹੋ? ਤੁਸੀਂ ਮਾਸੂਮ ਫਤਿਹਵੀਰ ਸਿੰਘ ਦੀ ਇਸ ਤਰ੍ਹਾਂ ਹੋਈ ਬੇਵਕਤੀ ਮੌਤ ਦੇ ਪਿੱਛੇ ਕਿਸ ਨੂੰ ਕਸੂਰਵਾਰ ਅਤੇ ਕਿਹੜੀਆਂ ਗਲਤੀਆਂ ਮੰਨਦੇ ਹੋ ਅਤੇ ਉਹਨਾਂ ਗਲਤੀਆਂ ਨੂੰ ਪੂਰਾ ਕਰਨ ਦੇ ਲਈ ਤਾਂ ਕਿ ਇਸ ਤਰ੍ਹਾਂ ਦੀ ਕੋਈ ਵੀ ਵੱਡੀ ਗਲਤੀ ਅੱਗੇ ਲਈ ਨਾ ਹੋ ਸਕੇ ਅਤੇ ਕਿਸੇ ਹੋਰ ਮਾਂ ਦਾ ਫਤਿਹਵੀਰ ਉਸ ਤੋਂ ਦੂਰ ਨਾ ਹੋ ਸਕੇ, ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਦੇ ਕਦਮ ਚੁੱਕਣੇ ਚਾਹੀਦੇ ਹਨ, ਇਸ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ। ਇਸ ਅਪਡੇਟ ਦੇ ਵਿੱਚ ਇੰਨਾ ਹੀ, ਜਿਵੇਂ ਹੀ ਕੋਈ ਹੋਰ ਨਵਾਂ ਅਪਡੇਟ ਨਿਕਲ ਕੇ ਸਾਹਮਣੇ ਆਉਂਦਾ ਹੈ ਤੁਹਾਡੇ ਲਈ ਉਸੇ ਸਮੇਂ ਲੈ ਕੇ ਹਾਜ਼ਰ ਹੋਵਾਂਗੇ। ਉਹਨੇ ਸਮੇਂ ਤੱਕ ਲਈ ਦਿਓ ਇਜਾਜ਼ਤ। ਥੈਂਕ ਯੂ, ਧੰਨਵਾਦ, ਟੇਕ ਕੇਅਰ।